ਐਡਵੋਕੇਟ ਇਮਾਨ ਸਿੰਘ ਖਾਰਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ ਖਾਲਸਾ, ਵਾਹਿ ਫਤਿਹ ਜੀ। ਹੋਰ ਮਤੀ ਸਾਹਿਬ ਠੀਕ ਠਾਕ ਜੀ? ਹਾਂਜੀ ਹਾਂਜੀ, ਚੜ੍ਹਦੀ ਕਲਾ ਜੀ, ਹਰਪ੍ਰੀਤ ਸਿੰਘ ਮੱਖੂ ਬੇਨਤੀ ਕਰਦਾ, ਠੀਕ ਹੋ? ਹਾਂਜੀ ਹਾਂਜੀ ਭਾਈ ਸਾਹਿਬ ਜੀ, ਹੁਕਮ ਕਰੋ ਜੀ। ਇਮਾਨ ਸਿੰਘ ਖਾਰਾ ਜੀ, ਇੱਕ ਜਾਣਕਾਰੀ ਦਿਓ, ਕਿਉਂਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਜਿਤਨੇ ਵੀ ਸਾਡੇ ਵੀਰ ਨੇ ਉਹਨਾਂ ਦੇ ਕਾਫੀ ਸੰਪਰਕ ਦੇ ਵਿੱਚ, ਉਹਨਾਂ ਦੇ ਕੇਸ ਵੀ ਤੁਹਾਡੇ ਕੋਲ ਨੇ, ਜਾਣਕਾਰੀਆਂ ਅੱਗੇ ਵੀ ਮੁਹੱਈਆ ਕਰਵਾਉਂਦੇ ਹੋ, ਜਿਹੜੀਆਂ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਨੇ, ਜਿਵੇਂ ਕਿ ਪੰਜਾਬ ਦੀ ਆਪਾਂ ਗੱਲ ਕਰੀਏ ਵੀ ਜਿਹੜੇ MLA ਸੀ ਉਹਨਾਂ ਨੇ MP ਇਲੈਕਸ਼ਨ ਲੜਿਆ ਤੇ MP ਜਿੱਤ ਗਏ ਤੇ ਉਹਨਾਂ ਦੀ ਉਹ ਸੀਟ ਖਾਲੀ ਹੋ ਗਈ, ਜਿਵੇਂ ਕਿ ਡੇਰਾ ਬਾਬਾ ਨਾਨਕ ਹੋ ਗਿਆ, ਗਿੱਦੜਬਾਹਾ ਹੋ ਗਿਆ, ਬਰਨਾਲਾ ਹੋ ਗਿਆ। ਹਾਂਜੀ, ਤੇ ਹੁਣ ਜ਼ਿਮਨੀ ਚੋਣ ਜਿਹੜੀ ਵਿਧਾਨ ਸਭਾ ਦੀ ਇੱਥੇ ਹੋ ਰਹੀ ਹੈ, ਇਹਦੇ ਵਿੱਚ ਮੈਨੂੰ ਪਤਾ ਲੱਗਾ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਜਿਹੜੇ ਸਾਡੇ ਯੋਧੇ ਨੇ ਉਹਨਾਂ ਦਾ ਵੀ ਇਲੈਕਸ਼ਨ ਇੱਥੋਂ ਲੜਨ ਦਾ ਮਨ ਹੈ। ਹਾਂਜੀ ਬਿਲਕੁਲ ਸਹੀ ਗੱਲ ਹੈ ਜੀ, ਪਿਛਲੇ ਦਿਨਾਂ ਦੇ ਵਿੱਚ ਐਲਾਨ ਵੀ ਹੋਏ ਸੀ, ਭਾਈ ਕੁਲਵੰਤ ਸਿੰਘ ਰਾਉਕੇ ਉਹਨਾਂ ਦੇ ਬ੍ਰਦਰ ਮਾਨ ਸਿੰਘ ਨੇ ਐਲਾਨ ਕੀਤਾ ਸੀ, ਸਾਰਾ ਸੋਸ਼ਲ ਮੀਡੀਆ ਤੇ ਨੈਸ਼ਨਲ ਮੀਡੀਆ ਉੱਪਰ ਚਰਚਾ ਛਿੜੀ ਸੀ ਵੀ ਭਾਈ ਕੁਲਵੰਤ ਸਿੰਘ ਰਾਉਕੇ ਜੋ ਬਰਨਾਲੇ ਤੋਂ ਨੇ ਜੋ MLA ਦੀ ਚੋਣ ਲੜਨ ਜਾ ਰਹੇ ਨੇ, ਇਸੇ ਤਰੀਕੇ ਨਾਲ ਜੋ ਭਾਈ ਦਲਜੀਤ ਸਿੰਘ ਕਲਸੀ ਨੇ ਉਹ ਡੇਰਾ ਬਾਬਾ ਨਾਨਕ ਤੋਂ ਲੜਨ ਜਾ ਰਹੇ ਨੇ, ਤੇ ਇਹਨਾਂ ਦੋ ਸੀਟਾਂ ਦਾ ਜੋ ਹਲੇ ਤੱਕ ਹੈ ਇਹ ਕਨਫਰਮ ਹੋ ਚੁੱਕਿਆ ਜੀ। ਨਹੀਂ ਇਹ ਬਿਲਕੁਲ ਹੁਣ ਚੰਗੀ ਤਰ੍ਹਾਂ ਕਨਫਰਮ ਹੈ ਵੀ ਇਹ ਡੇਰਾ ਬਾਬਾ ਨਾਨਕ ਤੋਂ ਦਲਜੀਤ ਸਿੰਘ ਕਲਸੀ ਇਲੈਕਸ਼ਨ ਲੜਨਗੇ ਤੇ ਬਰਨਾਲਾ ਤੋਂ ਕੁਲਵੰਤ ਸਿੰਘ ਰਾਉਕੇ ਇਲੈਕਸ਼ਨ ਲੜਨਗੇ। ਹਾਂਜੀ ਹਾਂਜੀ, ਇਹ ਪੂਰਨ ਤੌਰ ਤੇ ਕਨਫਰਮ ਹੈ ਜੀ। ਨਹੀਂ ਇਹ ਜਿਹੜਾ ਐਲਾਨ ਹੈ ਉਹਨਾਂ ਦੇ ਪਰਿਵਾਰਾਂ ਵੱਲੋਂ ਹੋਇਆ ਕਿ ਡਿਬਰੂਗੜ੍ਹ ਜੇਲ੍ਹ ਤੋਂ ਪੂਰੀ ਸਹਿਮਤੀ ਲੈਣ ਤੋਂ ਬਾਅਦ ਇਹ ਬਿਆਨ ਦਿੱਤੇ ਗਏ ਨੇ? ਦੇਖੋ ਜਿੰਨੀ ਕੁ ਮੇਰੀ ਨੌਲੇਜ ਹੈ ਜੀ, ਜਦੋਂ ਮੈਂ ਉੱਥੇ ਜਾਣਾ ਮਿਲਦਾ ਸਾਰਿਆਂ ਨੂੰ, ਤਾਂ ਇਸ ਦੇ ਵਿੱਚ ਜੋ ਇਹਨਾਂ ਦੋ ਸੀਟਾਂ ਦੇ ਉੱਪਰ ਮੈਂ ਕਹੂੰਗਾ ਜਿੰਨੇ ਵੀ ਦਸੋ ਆਗੂ ਹੈਗੇ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਅੰਮ੍ਰਿਤ ਆਪਣੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਸਾਡੇ ਪ੍ਰਧਾਨ ਨੇ, ਤਾਂ ਉਹਨਾਂ ਸਾਰਿਆਂ ਦੀ ਜੋ ਸਹਿਮਤੀ ਹੈ ਜੀ ਇਹਨਾਂ ਦੋ ਸੀਟਾਂ ਦੇ ਉੱਪਰ, ਬਰਨਾਲਾ ਅਤੇ ਡੇਰਾ ਬਾਬਾ ਨਾਨਕ। ਅੱਛਾ, ਬਰਨਾਲਾ ਸੀਟ ਤੋਂ ਭਾਈ ਕੁਲਵੰਤ ਸਿੰਘ ਰਾਉਕੇ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਤੇ ਡੇਰਾ ਬਾਬਾ ਨਾਨਕ ਤੋਂ ਦਲਜੀਤ ਸਿੰਘ ਕਲਸੀ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਇਹ ਇੱਥੋਂ MLA ਦਾ ਇਲੈਕਸ਼ਨ ਲੜਨਗੇ ਲੜਨਗੇ ਇਹ ਕਨਫਰਮ ਹੈ ਜੀ। ਪਰ ਤੁਹਾਨੂੰ ਲੱਗਦਾ ਕਿ ਜੇ ਆਪਾਂ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ, ਕਿ ਉਹ ਤੋਂ ਮੈਂਬਰ ਆਫ ਪਾਰਲੀਮੈਂਟ ਜਿਹੜੇ ਜਿੱਤੇ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦੀ ਉਸ ਇਲਾਕੇ ਦੇ ਵਿੱਚ ਬਹੁਤ ਜ਼ਬਰਦਸਤ ਪਕੜ ਹੈ, ਜੇ ਗੱਲ ਕਰੀਏ ਬਰਨਾਲਾ ਵਿਧਾਨ ਸਭਾ ਸੀਟ ਦੀ, ਤੇ ਇੱਥੋਂ ਮੀਤ ਹੇਰ ਜਿੱਤਿਆ ਤੇ ਮੀਤ ਹੇਰ ਦੀ ਬਹੁਤ ਵੱਡੀ ਪਕੜ ਹੈ, ਇੰਝ ਕਹਿ ਲਓ ਵੀ ਮੀਤ ਹੇਰ ਦਾ ਵੀ ਆਪਣਾ ਇੱਕ ਗਰੁੱਪ ਹੈ, ਤੇ ਮੇਰੇ ਖਿਆਲ ਦੇ ਵਿੱਚ ਇੱਥੋਂ ਗੋਲਡੀ ਸ਼ਾਇਦ ਇਲੈਕਸ਼ਨ ਲੜੇਗਾ ਜਿੱਥੋਂ ਤੱਕ ਲੱਗ ਰਿਹਾ। ਤੁਹਾਨੂੰ ਲੱਗਦਾ ਕਿ ਇਹ ਸ਼ਖਸੀਅਤਾਂ ਜੇਲ੍ਹ ਦੇ ਅੰਦਰ ਨੇ, ਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਜ਼ਲਟ ਮਿਲੇ ਨੇ ਮੈਂਬਰ ਆਫ ਪਾਰਲੀਮੈਂਟ ਜਦੋਂ ਬਣੇ ਨੇ MP ਇਲੈਕਸ਼ਨ ਦੇ ਵਿੱਚ, ਕੀ ਉਹ ਰਿਜ਼ਲਟ ਹੁਣ ਮਿਲਣ ਦੀ ਸੰਭਾਵਨਾ ਹੈ? ਨਹੀਂ ਦੇਖੋ ਭਾਈ ਸਾਹਿਬ, ਗੱਲ ਏਦਾਂ ਸਿਆਸਤ ਦਾ ਕੁਝ ਵੀ ਪਤਾ ਨਹੀਂ ਹੁੰਦਾ, ਇਹ ਤਾਂ ਜਿਹੜਾ ਮੈਂ ਕਹੂੰਗਾ ਲੋਕਾਂ ਦੀ ਬਣਾਈ ਵੇਵ ਦੇ ਉੱਪਰ ਇਹ ਚੱਲਦੀ ਹੁੰਦੀ ਹੈ, ਆਵਾਮ ਦਾ ਬਖਸ਼ਿਸ਼ ਹੁੰਦੀ ਹੈ ਸਾਰੀ। ਦੇਖੋ ਜੇ ਆਪਾਂ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ, ਜੋ ਸੁਖਜਿੰਦਰ ਰੰਧਾਵਾ ਨੇ 2022 ਦੇ ਵਿੱਚ ਮੈਂ ਕਹਿਣਾ ਵੀ 100-200 ਵੋਟਾਂ ਦੇ ਨਾਲ ਜਿੱਤੇ ਸੀ ਉਹ ਡੇਰਾ ਬਾਬਾ ਨਾਨਕ ਜੋ MLA ਬਣੇ ਨੇ, ਹੁਣ ਉਹ MP ਬਣ ਗਏ ਨੇ ਗੁਰਦਾਸਪੁਰ ਤੋਂ। ਦੇਖੋ ਬੰਦੇ ਦੇ ਕਾਰਜਕਾਲ ਹੁੰਦੇ ਨੇ, ਤਾਂ ਮੇਰੇ ਹਿਸਾਬ ਨਾਲ ਚਾਹੇ ਬਰਨਾਲਾ ਹੋ ਜੇ ਚਾਹੇ ਡੇਰਾ ਬਾਬਾ ਨਾਨਕ ਹੋ ਜੇ, ਹੁਣ ਦੇਖਣ ਵਾਲੀ ਗੱਲ ਇੱਥੇ ਹੈ ਵੀ ਇਸ ਸਮੇਂ ਜੋ 21ਵੀਂ ਸਦੀ ਦੇ ਵਿੱਚ ਜੋ ਇੱਕ ਬੜੀ ਵੱਡੀ ਮੈਂ ਕਹੂੰਗਾ ਕੁਰਬਾਨੀ ਹੈ ਕਾਲੇ ਪਾਣੀ ਦੀ, ਜੋ ਜੇਲ੍ਹ ਕੱਟ ਰਹੇ ਨੇ ਉਹ ਡਿਬਰੂਗੜ੍ਹ ਵਾਲੇ ਦਸੋਂ ਸਿੰਘ ਨੇ, ਜਿਹੜੇ ਤੁਸੀਂ ਦੇਖ ਲਓ ਉਹਨਾਂ ਦੀ ਗੁਨਾਹ ਇਹੋ ਹੈ ਵੀ ਉਹ ਪੰਜਾਬ ਦੇ ਹਿੱਤਾਂ ਦੇ ਲਈ ਗੱਲ ਕਰਦੇ ਨੇ, ਅੰਮ੍ਰਿਤ ਸੰਚਾਰ ਦੀ ਉਹਨਾਂ ਨੇ ਜੋ ਆਵਾਜ਼ ਚੁੱਕੀ ਹੈ, ਕਾਰਜ ਉਹਨਾਂ ਨੇ ਅੱਗੇ ਹੋ ਕੇ ਲੱਗੇ ਸੀ ਇਸ ਚੀਜ਼ ਦੇ ਵਿੱਚ, ਖਾਲਸਾ ਵਹੀਰ ਚਲਾਈ ਸੀ, ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਉਹਨਾਂ ਦਾ ਉਪਰਾਲਾ ਸੀ,
ਇਹਨਾਂ ਚੀਜ਼ਾਂ ਕਰਕੇ ਉਹਨਾਂ ਨੂੰ ਕਾਲੇ ਪਾਣੀ ਭੇਜਿਆ ਗਿਆ। ਕਿਸੇ ਵੱਟ ਦੇ ਰੌਲੇ ਦੇ ਮਗਰ ਨਹੀਂ ਗਏ, ਕਿਸੇ ਹੋਰ ਕੋਈ ਨਿੱਜੀ ਲੜਾਈ ਕਰਕੇ ਨਹੀਂ ਗਏ, ਉਹ ਕੌਮ ਦੀ ਲੜਾਈ ਕਰਕੇ ਉੱਥੇ ਬੈਠੇ ਨੇ। ਮੈਂ ਸਮਝਦਾ ਜੋ ਪੰਜਾਬ ਦੀ ਆਵਾਮ ਹੈ ਉਹ ਬੜੀ ਸੂਝਵਾਨ ਹੈ, ਜਿਹੜੀ ਸਾਡੀ ਕੌਮ ਹੈ ਸ਼ਹੀਦੀ ਦਾ, ਕੁਰਬਾਨੀ ਦਾ, ਸੰਘਰਸ਼ ਦਾ, ਕਲੀ ਕਲੀ ਚੀਜ਼ ਦਾ ਮੁੱਲ ਪਾਉਂਦੀ ਹੈ। ਮੈਂ ਮੈਨੂੰ ਲੱਗਦਾ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦਾ ਲੋਕਾਂ ਨੇ ਏਡਾ ਵੱਡਾ ਮਾਣ ਸਤਿਕਾਰ ਕੀਤਾ ਤੇ ਉਹਨਾਂ ਦੇ ਸਾਥੀਆਂ ਦਾ ਵੀ ਉਸੇ ਤਰੀਕੇ ਨਾਲ ਕਰਨਗੇ। ਜੀ ਬਿਲਕੁਲ ਜੀ, ਜਿਵੇਂ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਹੁਤ ਵੱਡੀ ਇੱਕ ਲੀਡ ਮਿਲੀ ਹੈ, ਇਸ ਪ੍ਰਕਾਰ ਤੁਸੀਂ ਕਿਹਾ ਵੀ ਲੋਕ ਹੁਣ ਜਿਹੜੀਆਂ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਹੁਣ ਜਾ ਰਹੀਆਂ ਨੇ, ਵੀ ਇਹਨਾਂ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਜਿਹੜੇ ਵੀਰ ਇਲੈਕਸ਼ਨ ਲੜਨ ਲੱਗੇ ਨੇ ਉਹਨਾਂ ਨੂੰ ਅੱਛਾ ਸਮਰਥਨ ਮਿਲੇਗਾ। ਪਰ ਜਿਵੇਂ ਤੁਸੀਂ ਦੋ ਸੀਟਾਂ ਦਾ ਜ਼ਿਕਰ ਕੀਤਾ ਆ, ਤੁਸੀਂ ਕਿਹਾ ਵੀ ਡੇਰਾ ਬਾਬਾ ਨਾਨਕ ਤੋਂ ਦਲਜੀਤ ਸਿੰਘ ਕਲਸੀ ਇਲੈਕਸ਼ਨ ਲੜਨਗੇ, ਤੁਸੀਂ ਕਿਹਾ ਵੀ ਬਰਨਾਲਾ ਸੀਟ ਤੋਂ ਕੁਲਵੰਤ ਸਿੰਘ ਰਾਊਕੇ ਇਲੈਕਸ਼ਨ ਲੜਨਗੇ, ਤੇ ਜਿਹੜੀ ਗਿੱਦੜਬਾਹਾ ਤੋਂ ਵੀ ਮੇਰੇ ਖਿਆਲ ਪਿਛਲੇ ਦਿਨਾਂ ਵਿੱਚ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪ੍ਰਧਾਨ ਮੰਤਰੀ ਬਾਜੇ ਕੇ, ਉਹਨਾਂ ਦੇ ਬੇਟੇ ਨੇ ਵੀ ਅਨਾਊਂਸ ਕੀਤੀ ਸ਼ਾਇਦ ਇੱਥੇ। ਦੇਖੋ ਉਸ ਚੀਜ਼ ਬਾਰੇ ਮੈਨੂੰ ਮੈਂ ਕੋਈ ਕਨਫਰਮੇਸ਼ਨ ਨਹੀਂ ਦੇ ਸਕਦਾ, ਉਸ ਚੀਜ਼ ਬਾਰੇ ਨਾ ਮੇਰੇ ਕੋਲੇ ਕੋਈ ਕਨਫਰਮੇਸ਼ਨ ਹੈ। ਪਰ ਜਿੰਨਾ ਦੋ ਸੀਟਾਂ ਦੇ ਬਾਰੇ ਮੈਂ ਕੋਈ ਕਨਫਰਮੇਸ਼ਨ ਦੇ ਸਕਦਾ ਹੈ ਤੇ ਉਹ ਤਾਂ ਡੇਰਾ ਬਾਬਾ ਨਾਨਕ ਤੇ ਬਰਨਾਲਾ ਹੈ। ਬਾਕੀ ਦੇਖੋ ਜੋ ਵੀ ਹੋਣਾ, ਜੋ ਸਾਡੇ ਪ੍ਰਧਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਜੋ ਪਾਲਿਸੀ ਉਹਨਾਂ ਨੇ ਬਣਾਉਣੀ ਹੈ ਉਸਦੇ ਅਕੋਰਡਿੰਗ ਸਾਰਾ ਕੁਛ ਹੋਣਾ, ਅੰਦਰ ਸਲਾਹ ਮਸ਼ਵਰਾ ਕਰਕੇ ਕੰਸੈਂਸਸ ਬਣਾ ਕੇ ਉਹਨਾਂ ਨੇ ਗੱਲ ਕਰਨੀ ਹੈ। ਤਾਂ ਜੋ ਗਿੱਦੜਬਾਹਾ ਸੀਟ ਬਾਰੇ ਮੈਂ ਕੋਈ ਟਿੱਕਾ ਟਿੱਪਣੀ ਨਹੀਂ ਕਰ ਸਕਦਾ, ਪਰ ਹਾਂਜੀ ਜੋ ਡੇਰਾ ਬਾਬਾ ਨਾਨਕ ਅਤੇ ਬਰਨਾਲਾ ਹੈ ਜੀ ਇਹ ਕਨਫਰਮ ਹੈ। ਤੁਹਾਡੀ ਲਾਸਟ ਟਾਈਮ ਭਾਈ ਅੰਮ੍ਰਿਤਪਾਲ ਸਿੰਘ ਹਰੋਂ ਨਾਲ ਕਦੋਂ ਮੁਲਾਕਾਤ ਹੋਈ ਹੈ? ਮੇਰੀ ਆ ਪਿਛਲੇ ਹਫ਼ਤੇ ਹੀ ਹੋਈ ਸੀ ਜੀ, ਮੈਂ ਦੋ ਦਿਨ ਗਿਆ ਸੀ, 13 ਸਤੰਬਰ 2024 ਨੂੰ ਅਤੇ 14 ਸਤੰਬਰ 2024 ਨੂੰ। ਜੀ ਤੁਹਾਡੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਕੋਈ ਪੰਜਾਬ ਦੇ ਇਲੈਕਸ਼ਨ ਦੇ ਉੱਪਰ ਗੱਲਬਾਤ ਹੋਈ ਹੈ? ਦੇਖੋ ਉਹ ਇੱਕ ਜਿਹੜੀਆਂ ਸਾਡੀਆਂ ਹੁੰਦੀਆਂ ਨੇ ਉੱਥੇ ਇੰਟਰਵਿਊ ਕਹਿ ਲਓ, ਮੀਟਿੰਗ ਕਹਿ ਲਓ, ਉਹ ਦੇਖੋ ਇੱਕ ਕੰਫੀਡੈਂਸ਼ੀਅਲ ਹੁੰਦੀਆਂ ਨੇ। ਤਾਂ ਦੇਖੋ ਜੇ ਆਪਾਂ ਗੱਲ ਕਰੀਏ ਵੀ ਕੋਈ ਪੋਲੀਟੀਕਲ ਮਸਲੇ ਅਸੀਂ ਡਿਸਕਸ ਕਰਦੇ ਹਾਂ ਤਾਂ ਸਰਕਾਰ ਅੱਗੇ ਤੋਂ ਮੇਰੀ ਜਿਹੜੀ ਮੁਲਾਕਾਤ ਹੈ ਉਹ ਰੋਕ ਵੀ ਸਕਦੀ ਹੈ, ਉਹਨਾਂ ਕੋਲੇ ਗਰਾਊਂਡ ਵੀ ਹੈਗਾ ਜੀ। ਤਾਂ ਮੇਰੀ ਜੋ ਮੁਲਾਕਾਤ ਹੁੰਦੀ ਹੈ ਅਸੀਂ ਉਸ ਦੇ ਵਿੱਚ ਲੀਗਲ ਪ੍ਰੋਸੀਡਿੰਗ ਉੱਪਰ ਜ਼ਿਆਦਾ ਫੋਕਸ ਕਰਦੇ ਹੁੰਦੇ ਹਾਂ। ਹਾਂਜੀ ਜਿਵੇਂ ਤੁਸੀਂ ਦੱਸਿਆ ਵੀ ਲੀਗਲ ਦਾ ਤੁਸੀਂ ਜ਼ਿਆਦਾ ਧਿਆਨ ਰੱਖ ਕੇ ਉੱਥੇ ਚੱਲਦੇ ਹੋ, ਪਰ ਕੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਿਛਲੇ ਦਿਨਾਂ ਦੇ ਵਿੱਚ ਜ਼ਮਾਨਤ ਦੀ ਗੱਲ ਚੱਲੀ ਸੀ, ਕੀ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਕੋਈ ਜ਼ਮਾਨਤ ਲੱਗੀ ਹੈ? ਦੇਖੋ ਮਖੂ ਸਾਹਿਬ ਗੱਲ ਏਦਾਂ ਵੀ ਜੋ ਇੱਕ NSE ਹੈ ਨਾ ਜੀ ਇਹ ਕੋਈ ਕੇਸ ਨਹੀਂ ਹੁੰਦਾ, ਇੱਕ ਪ੍ਰੀਵੈਂਟਿਵ ਡਿਟੈਂਸ਼ਨ ਹੁੰਦੀ ਹੈ, ਨਜ਼ਰਬੰਦੀ ਹੁੰਦੀ ਹੈ। ਤਾਂ ਤੁਸੀਂ ਦੇਖ ਲਓ ਇਹ ਤਾਂ ਸਿਰਫ ਮਾਨਯੋਗ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਵਿੱਚੋਂ ਹੀ ਖਾਰਜ ਕਰਾਇਆ ਜਾ ਸਕਦਾ ਹੈ, ਜੋ ਆਰਟੀਕਲ 226 ਤੇ ਆਰਟੀਕਲ 32 ਦੇ ਅਧੀਨ ਰਿਟ ਪਟੀਸ਼ਨ ਲੱਗਦੀ ਹੁੰਦੀ ਹੈ। ਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਲੱਗੀ ਹੋਈ ਹੈ 3 ਅਕਤੂਬਰ ਅਗਲੀ ਤਰੀਕ ਹੈ, ਨਾਲੇ ਸਾਥੀਆਂ ਦੀ ਵੀ ਲੱਗੀ ਹੋਈ ਹੈ, ਇਕੱਠੇ ਉੱਥੇ 3 ਅਕਤੂਬਰ ਨੂੰ ਹੀ ਬਹਿਸ ਹੋਣੀ ਹੈ ਜੀ। ਜੀ ਜਿਵੇਂ ਤੁਸੀਂ 3 ਅਕਤੂਬਰ ਨੂੰ ਬਹਿਸ ਹੋਣੀ ਹੈ, ਪਰ ਸਵਾਲ ਮਨ ਦੇ ਵਿੱਚ ਆ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਹਰਾ ਤੇ NSA ਪਹਿਲਾਂ ਲੱਗੀ ਸੀ, ਉਸ ਤੋਂ ਬਾਅਦ ਖਤਮ ਹੋਈ ਹੈ, ਦੁਬਾਰਾ ਫਿਰ ਲੱਗ ਗਈ, ਇਹ ਕਿੰਨੀ ਵਾਰੀ NSA ਲੱਗੀ ਹੈ ਹੁਣ ਤੱਕ? ਦੇਖੋ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਤੇ NSA ਲੱਗੀ ਸੀ ਜੀ 13 ਮਾਰਚ 2023 ਨੂੰ ਜੀ। ਫਿਰ ਉਹਨਾਂ ਦੀ ਅਰੈਸਟ ਸਰਕਾਰ ਸ਼ੋ ਕਰਦੀ ਹੈ 24 ਅਪ੍ਰੈਲ 2023 ਨੂੰ, ਉਸ ਤੋਂ ਬਾਅਦ ਉਹ ਫਿਰ ਤੋਂ ਜਿਹੜੀ ਦੂਜੀ NSA ਹੈ ਉਹ ਲਾ ਦਿੱਤੀ ਜਾਂਦੀ ਹੈ 13 ਅਪ੍ਰੈਲ 2024 ਨੂੰ। ਤਾਂ ਇਸ ਤਰੀਕੇ ਨਾਲ ਦੋ ਵਾਰ NSA ਲਾਈ ਜਾਂਦੀ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ, ਜੋ ਬਿਲਕੁਲ ਹੀ ਪੇਟੈਂਟਲੀ ਮੈਂ ਕਹੂੰਗਾ ਇਲੀਗਲ ਹੈ ਜੀ, ਇਹ ਹੋ ਨਹੀਂ ਸਕਦਾ ਤੇ ਨਾ ਹੀ ਐਵੇਂ ਹੋਣਾ ਚਾਹੀਦਾ।
ਤੇ ਮੈਨੂੰ ਲੱਗਦਾ ਵੀ ਸਾਨੂੰ ਪੂਰਨ ਤੌਰ ਤੇ ਇਨਸਾਫ਼ ਮਿਲੇਗਾ ਜੀ ਹਾਈਕੋਰਟ। ਤੁਹਾਨੂੰ ਲੱਗਦਾ ਵੀ NSA ਜਲਦੀ ਟੁੱਟ ਜਾਏਗੀ, ਅੰਮ੍ਰਿਤਪਾਲ ਸਿੰਘ ਤੇ ਸਾਰੇ ਇਹਨਾਂ ਦੇ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਵੀਰਾਂ ਤੇ? ਦੇਖੋ ਮੈਨੂੰ ਉਮੀਦ ਹੈ ਵੀ ਸਾਨੂੰ ਮਾਣਯੋਗ ਹਾਈਕੋਰਟ ਤੋਂ ਜੋ ਇਨਸਾਫ਼ ਮਿਲੇਗਾ, ਜੇ ਨਹੀਂ ਵੀ ਸਾਡੀ ਇੱਥੇ ਕੋਈ ਦਰਖਾਸਤ ਬੇਨਤੀ ਸੁਣੀ ਜਾਂਦੀ ਤਾਂ ਅਸੀਂ ਜੋ ਸੁਪਰੀਮ ਕੋਰਟ ਵੱਲ ਰੁੱਖ ਕਰਾਂਗੇ। ਜੀ ਬਿਲਕੁਲ ਜੀ ਭਾਈ ਸਾਹਿਬ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਦੀਆਂ, ਕਿਉਂਕਿ ਤੁਸੀਂ ਆਹ ਬੜੀ ਸੋਹਣੀ ਜਾਣਕਾਰੀ ਦਿੱਤੀ ਹੈ ਕਿ ਜਦੋਂ ਤੁਹਾਡੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਹੋਈ ਹੈ, ਮੁਲਾਕਾਤ ਦੇ ਦੌਰਾਨ ਪੰਜਾਬ ਦੇ ਵਿੱਚ ਜੋ MLA ਦੇ ਇਲੈਕਸ਼ਨ ਹੋਣ ਜਾ ਰਹੇ ਨੇ, ਖਾਸ ਕਰਕੇ ਜਿਹਨੂੰ ਆਪਾਂ ਜ਼ਿਮਨੀ ਚੋਣ ਕਹਿੰਦੇ ਹਾਂ, ਵੀ ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਗੱਲਬਾਤ ਨਹੀਂ ਹੋਈ, ਇਲੈਕਸ਼ਨ ਨੂੰ ਲੈ ਕੇ ਗੱਲਬਾਤ ਨਹੀਂ ਹੋਈ, ਪੋਲੀਟੀਕਲ ਕੋਈ ਗੱਲਬਾਤ ਨਹੀਂ ਹੋਈ, ਲੀਗਲ ਬਾਰੇ ਗੱਲਬਾਤ ਹੋਈ ਹੈ, ਅਤੇ ਤੁਸੀਂ ਇਹ ਵੀ ਜਾਣਕਾਰੀਆਂ ਦਿੱਤੀਆਂ ਨੇ ਵੀ ਡੇਰਾ ਬਾਬਾ ਨਾਨਕ ਸੀਟ ਬਾਰੇ ਕਨਫਰਮ ਹੈ ਕਿ ਭਾਈ ਦਲਜੀਤ ਸਿੰਘ ਕਲਸੀ ਇਲੈਕਸ਼ਨ ਲੜਨਗੇ, ਅਤੇ ਬਰਨਾਲਾ ਤੋਂ ਕਨਫਰਮ ਹੈ ਕਿ ਭਾਈ ਕੁਲਵੰਤ ਸਿੰਘ ਰਾਉਕੇ ਇਲੈਕਸ਼ਨ ਲੜਨਗੇ, ਪਰ ਅਜੇ ਗਿੱਦੜਬਾਹੇ ਬਾਰੇ ਕੋਈ ਜਾਣਕਾਰੀ ਨਹੀਂ ਆਈ। ਨਹੀਂ ਭਾਈ ਸਾਹਿਬ, ਜੋ ਮੈਂ ਉਹ ਸਾਡੀ ਗੱਲ ਹੁੰਦੀ ਹੈ ਕੌਨਫੀਡੈਂਸ਼ੀਅਲ ਹੁੰਦੀ ਹੈ, ਉਹ ਕਿਸੇ ਪ੍ਰਕਾਰ ਦੀ ਵੀ ਉੱਥੇ ਹੋਵੇ ਜੇਲ੍ਹ ਦੇ ਵਿੱਚ ਤੇ ਉਹ ਆਪਾਂ ਮਤਲਬ ਕਿ ਕਿਸ ਮੁੱਦੇ ਤੇ ਪੋਲੀਟੀਕਲ ਤੇ ਲੀਗਲ ਤੇ ਉਹ ਆਪਾਂ ਡਿਸਕਲੋਜ਼ ਕਰਨੀ ਮਤਲਬ ਕਿ ਕਾਨੂੰਨ ਪੱਖ ਤੋਂ ਸਹੀ ਨਹੀਂ ਹੋਵੇਗੀ। ਜੀ ਬਿਲਕੁਲ ਜੀ, ਦਿਲ ਦੀਆਂ ਕਹਿ ਰਹੀਆਂ ਤੋਂ ਐਡਵੋਕੇਟ ਇਮਾਨ ਸਿੰਘ ਖਾਰਾ ਜੀ ਤੁਹਾਡਾ ਧੰਨਵਾਦੀਆਂ, ਤੇ ਇੱਕ ਜੰਦ ਜੰਦ ਇਹ ਜਾਣਕਾਰੀ ਦਿਓ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿਹੜੀ ਲਾਸਟ ਸੁਣਵਾਈ ਹੈ ਜਿਹੜੀ ਹੁਣ ਤੁਸੀਂ ਕਿਹਾ, ਉਹ ਕਦੋਂ ਦੀ ਹੈ ਜੀ? ਉਹ 3 ਅਕਤੂਬਰ ਦੀ ਹੈ ਜੀ। 3 ਅਕਤੂਬਰ ਨੂੰ, 3 ਅਕਤੂਬਰ ਨੂੰ ਕੋਈ ਖੁਸ਼ਖਬਰੀ ਵੀ ਆ ਸਕਦੀ ਹੈ? ਦੇਖੋ ਆ ਸਕਦੀ ਹੈ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਦੇ ਹੱਥ ਦੇ ਵਿੱਚ ਹੈ ਸਾਰਾ ਕੁਝ ਜੀ, ਉਹਨਾਂ ਨੇ ਕਰਨਾ, ਗੁਰੂ ਰਾਮਦਾਸ ਮਹਾਰਾਜ ਨੇ। ਨਹੀਂ, ਹਾਈਕੋਰਟ ਦੇ ਜਿਹੜੇ ਜੱਜ ਨੇ ਇਹ NSA ਤੋੜ ਸਕਦੇ ਹੈ? ਇਹ ਤੋੜ ਸਕਦੇ ਹੈ ਜੀ, ਤਾਂ ਹੀ ਆਪਾਂ ਇੱਥੇ ਕੇਸ ਲਾਇਆ ਜੀ। ਹਾਂਜੀ ਜੀ, ਦਿਲ ਦੀਆਂ ਕਹਿ ਰਹੀਆਂ ਤੋਂ ਤੁਹਾਡਾ ਧੰਨਵਾਦ ਦੀਆਂ, ਜਲਦੀ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।